1957 ਦੇ ਵਿੱਚ ਸਿੱਖਾਂ ਦੇ ਪਹਿਲੇ ਕੇਂਦਰੀ ਅਜਾਇਬ ਘਰ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਇੱਕ ਕਮਰੇ ਤੋਂ ਸ਼ੁਰੂ ਹੋਇਆ ਇਹ ਅਜਾਇਬ ਘਰ ਅੱਜ ਪਰਿਕਰਮਾ ਦੇ ਪੂਰੇ ਇੱਕ ਪਾਸੇ ਸੰਗਤ ਦੇ ਦਰਸ਼ਨ ਲਈ ਨਿਤ ਖੋਲ੍ਹਿਆ ਜਾਂਦਾ। ਆਓ ਤੁਹਾਨੂੰ ਇਹਦੇ ਦਰਸ਼ਨ ਦੀਦਾਰੇ ਕਰਾਉਂਦੇ ਹਾਂ ਅਤੇ ਇਹਦੇ ਬਾਰੇ ਜਾਣੂ ਕਰਵਾਉਂਦੇ ਹਾਂ। ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੇ ਸ਼ਾਨਾ ਮਤੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ। ਸਿੱਖਾਂ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰਦਾ ਇਹ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਘੰਟਾ ਘਰ ਵਾਲੇ ਪਾਸੇ ਪਹਿਲੀ ਮੰਜ਼ਿਲ ਉੱਤੇ ਸਥਿਤ ਹੈ। 1957 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਮਾਸਟਰ ਤਾਰਾ ਸਿੰਘ ਵੱਲੋਂ ਸਭ ਤੋਂ ਪਹਿਲੀ ਜ਼ਿੰਮੇਵਾਰੀ ਪ੍ਰਿੰਸੀਪਲ ਸਤਵੀਰ ਸਿੰਘ ਨੂੰ ਸੌਂਪੀ ਗਈ, ਜਿਨ੍ਹਾਂ ਨੇ ਸਰਦਾਰ ਕਿਰਪਾਲ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਸਭ ਤੋਂ ਪਹਿਲੇ ਅਜਾਇਬ ਘਰ ਦੇ ਲਈ ਚਿੱਤਰ ਤਿਆਰ ਕਰਨ। ਸਰਦਾਰ ਕਿਰਪਾਲ ਸਿੰਘ ਨੇ ਸਭ ਤੋਂ ਪਹਿਲਾਂ ਅਰਦਾਸ ਵਿਚਲੇ ਸ਼ਹੀਦਾਂ ਦੇ ਜੀਵਨ ਨੂੰ ਚਿੱਤਰਿਆ। ਇੱਥੇ ਲੱਗਣ ਵਾਲੀਆਂ ਪਹਿਲੀਆਂ ਤਸਵੀਰਾਂ ਭਾਈ ਤਾਰੂ ਸਿੰਘ, ਭਾਈ ਸੁਭੇਕ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਅਤੇ ਘੱਲੂਘਾਰੇ ਦੀਆਂ। ਕਾਰ ਸੇਵਾ ਵਾਲੇ ਬਾਬਾ ਝੰਡਾ ਸਿੰਘ ਜੀ ਨੇ ਅਜਾਇਬ ਘਰ ਦੀ ਇਮਾਰਤ ਬਣਾਉਣੀ ਸ਼ੁਰੂ ਕੀਤੀ, ਜਿਸ ਦੀ ਸਥਾਪਨਾ 5 ਜੁਲਾਈ 1958 ਵਿੱਚ ਕੀਤੀ ਗਈ ਸੀ। ਇਸ ਦਾ ਪਹਿਲਾ ਨਿਗਰਾਨ ਸਰਦਾਰ ਭਾਨ ਸਿੰਘ ਨੂੰ ਲਗਾਇਆ ਗਿਆ। ਤਸਵੀਰਾਂ ਦੀ ਵੱਧਦੀ ਗਿਣਤੀ ਕਰਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਵੱਲੋਂ ਇਸ ਦਾ ਵਿਸਥਾਰ ਬ੍ਰਹਮ ਬੁੱਟਾ ਤੱਕ ਕਰ ਦਿੱਤਾ ਗਿਆ। ਸਿੱਖਾਂ ਦੇ ਇਸ ਕੌਮੀ ਅਜਾਇਬ ਘਰ ਦੇ ਵਿੱਚ 700 ਤੋਂ ਉੱਪਰ ਤਸਵੀਰਾਂ ਲੱਗੀਆਂ ਹੋਈਆਂ ਨੇ, ਜਿਸ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਉਹਨਾਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸਿੱਖਾਂ ਨੂੰ ਚਿੱਤਰਿਆ ਗਿਆ ਹੈ। ਇਸ ਵਿੱਚ ਗੁਰੂ ਸਾਹਿਬਾਨ, ਗੁਰੂ ਪਰਿਵਾਰ, ਗੁਰੂ ਘਰ ਦੇ ਸੇਵਕ, ਸ਼ਹੀਦ ਸਿੰਘ ਸਿੰਘਣੀਆਂ, ਪਹਿਲੇ ਖਾਲਸਾ ਰਾਜ ਦੇ ਉਸਰੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਚਿੱਤਰ ਹਨ। 18ਵੀਂ ਸਦੀ ਦੇ ਸਮੁੱਚੇ ਇਤਿਹਾਸ ਵਿਚਲੇ ਸਿੱਖਾਂ ਦੇ ਸਬਰ, ਸਿਦਕ ਅਤੇ ਕੁਰਬਾਨੀ, ਸਿੱਖਾਂ ਉੱਤੇ ਹੁੰਦੇ ਤਸੀਹਿਆਂ ਦੇ ਮੂੰਹ ਬੋਲਦੇ ਚਿੱਤਰ ਸਾਡੇ ਮਨ ਮਸਤਕ ਨੂੰ ਉਸ ਸੁਨਹਿਰੀ ਸਮੇਂ ਵਿੱਚ ਲੈ ਜਾਂਦੇ ਨੇ। ਘੱਲੂਘਾਰੇ, ਮਿਸਲਾਂ, ਦਿੱਲੀ ਫਤਿਹ, ਖਾਲਸਾ ਰਾਜ, ਜੰਗ ਹਿੰਦ ਪੰਜਾਬ ਦਾ, ਗਦਰੀ ਬਾਬੇ, ਬੱਬਰ ਅਕਾਲੀ, ਪੰਜਾਬੀ ਸੂਬਾ ਮੋਰਚਾ ਤੋਂ ਲੈ ਕੇ 1984 ਤੱਕ ਦੇ ਸੰਤਾਂ, ਮਹਾਂਪੁਰਖਾਂ, ਜਰਨੈਲਾਂ, ਜੁਝਾਰੂ ਯੋਧਿਆਂ ਦੀਆਂ ਤਸਵੀਰਾਂ ਖਾਲਸਾਈ ਰਾਜ ਦੀ ਯਾਦ ਦਿਵਾਉਂਦੀਆਂ ਨੇ। ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜਾਇਬ ਘਰ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਤਿਆਰ ਹੁੰਦੀਆਂ ਇਹ ਸਾਰੀਆਂ ਓਇਲ ਕਲਰ ਦੇ ਨਾਲ ਹੀ ਹੋਈਆਂ ਪੁਰਾਣੀਆਂ ਤਸਵੀਰਾਂ। 1958 ਤੋਂ ਲੈ ਕੇ ਹੁਣ ਤੱਕ ਅਜਾਇਬ ਘਰ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਬਣੀਆਂ ਸਾਰੀਆਂ ਓਇਲ ਕਲਰ ਦੇ ਨਾਲ ਹੀ ਬਣੀਆਂ। ਥੋੜ੍ਹਾ ਜਿਹਾ ਮੈਥਡ ਚੇਂਜ ਹੋ ਗਿਆ, ਜਿਵੇਂ ਪਹਿਲਾਂ ਆਰਟਿਸਟ ਜਿਹੜੇ ਆਪਣੇ ਸੋਭਾ ਸਿੰਘ, ਕਿਰਪਾਲ ਸਿੰਘ, ਦਵਿੰਦਰ ਸਿੰਘ ਹੋਣੀ, ਇਹ ਪਹਿਲਾਂ ਚੌਕ ਦੇ ਉੱਤੇ ਕੈਨਵਸ ਕੱਸ ਕੇ ਅਤੇ ਪੇਂਟਿੰਗ ਕਰਦੇ ਸੀ ਅਤੇ ਉਹਦੇ ਹੌਲੀ ਹੌਲੀ ਜਦੋਂ ਪਿੱਛੇ ਡਸਟ ਪੈਣੀ ਸ਼ੁਰੂ ਹੋ ਗਈ, ਜੋ ਪੇਪੜੀਆਂ ਲੱਥਦੀਆਂ ਸੀ ਉਹਨੂੰ ਮੁੱਖ ਰੱਖਦੇ ਹੋਏ ਵੇਖਦੇ ਹੋਏ ਅਸੀਂ ਇਹਦੇ ਪਿੱਛੇ ਪਲਾਈ ਜੋੜਨੀ ਸ਼ੁਰੂ ਕਰ ਦਿੱਤੀ, ਕੈਨਵਸ ਦੇ ਉੱਤੇ ਪੇਸਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਪੇਂਟਿੰਗ ਦੀ ਲਾਈਫ ਹੋਰ ਵੱਧ ਸਕੇ। ਕਿਉਂਕਿ ਇਹ ਇਤਿਹਾਸਿਕ ਤਸਵੀਰਾਂ ਨੇ, ਇਹ ਬਹੁਤ ਵੱਡਾ ਆਪਣੇ ਸ਼੍ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਦਾ ਸਰਮਾਇਆ ਵਾ ਅਤੇ ਇਹ ਖਰਾਬ ਨਾ ਹੋਵੇ ਇਹਦੇ ਕਰਕੇ ਆਪਾਂ ਨੂੰ ਇਹ ਚੀਜ਼ ਥੋੜ੍ਹੀ ਜਿਹੀ ਮੈਟਰ ਕਰਨਾ ਪਿਆ। ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਮੈਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਮੁੱਖ ਚਿੱਤਰਕਾਰ ਹਾਂ ਅਤੇ ਗੁਰੂ ਰਾਮਦਾਸ ਜੀ ਨੇ ਆਪਣੇ ਚਰਨਾਂ ਵਿੱਚ ਮੈਨੂੰ ਜਗ੍ਹਾ ਦਿੱਤੀ ਆ। ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ, ਗੁਰੂ ਘਰ ਦੇ ਪ੍ਰਸਿੱਧ ਰਾਗੀਆਂ, ਢਾਡੀਆਂ, ਕੌਮ ਲਈ ਵੱਖ ਵੱਖ ਮੋਰਚਿਆਂ ਵਿੱਚ ਸ਼ਾਮਲ ਸਿੱਖਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਦੀਆਂ ਤਸਵੀਰਾਂ ਦੇ ਨਾਲ ਸਿੱਖ ਕੌਮ ਦੇ ਵਿਦਵਾਨਾਂ ਅਤੇ ਕਲਾਕਾਰਾਂ ਦੇ ਚਿੱਤਰ ਇਸ ਕੇਂਦਰੀ ਸਿੱਖ ਅਜਾਇਬ ਘਰ ਨੂੰ ਪੂਰਨ ਰੂਪ ਪ੍ਰਦਾਨ ਕਰਦੇ ਹਨ। ਇਸ ਅਜਾਇਬ ਘਰ ਦੇ ਵਿੱਚ ਚਿੱਤਰਾਂ ਤੋਂ ਇਲਾਵਾ ਪੁਰਾਤਨ ਪੋਥੀਆਂ ਵੀ ਮੌਜੂਦ ਹਨ। ਇੱਕ ਮੂਲ ਮੰਤਰ ਦੀ ਪੋਥੀ ਹੈ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਲਿਖਿਆ ਹੋਇਆ ਹੈ। ਇੱਕ ਗੁਟਕਾ ਦੇਵਨਾਗਰੀ ਵਿੱਚ ਲਿਖਿਆ ਹੋਇਆ ਹੈ, ਇੱਕ ਨਿਤਨੇਮ ਦੀ ਪੋਥੀ ਥਾਈ ਭਾਸ਼ਾ ਵਿੱਚ ਵੀ ਲਿਖੀ ਹੋਈ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਪਵਿੱਤਰ ਅਤੇ ਵਿਰਾਸਤੀ ਨਿਸ਼ਾਨੀਆਂ ਵੀ ਮੌਜੂਦ ਹਨ। ਪਵਿੱਤਰ ਨਿਸ਼ਾਨੀਆਂ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਟਾਰ, 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਘਾ, ਕਟਾਰ, ਕਮਰਕੱਸਾ ਅਤੇ ਗਾਤਰਾ ਤੋਸ਼ੇਖਾਨਾ ਲਾਹੌਰ ਤੋਂ ਲਿਆ ਕੇ ਇੱਥੇ ਸੁਸ਼ੋਭਿਤ ਕੀਤੇ ਗਏ ਹਨ। ਬਾਬਾ ਦੀਪ ਸਿੰਘ ਜੀ ਦੇ ਦੁਮਾਲੇ ਦੇ ਚੱਕਰ ਵੀ ਇੱਥੇ ਸੁਸ਼ੋਭਿਤ ਹਨ। ਭਾਈ ਮਹਿਤਾਬ ਸਿੰਘ ਦੀ ਉਹ ਕਿਰਪਾਨ ਵੀ ਮੌਜੂਦ ਹੈ
जिस नाल मस्से रंगड़ दा सौदा लाया गया सी। महाराजा रणजीत सिंह वालों कसूर फतेह करन वाली किरपान भी मौजूद है। विरासती निशानियां विच महाराजा रणजीत सिंह दे फौजी अफसर वेंतूरा दी कारबाइन, जिसनू असी पिस्तौल भी कहने आ, वह भी मौजूद है। बाबा आला सिंह दा तीर कमान जथेदार गुरचरण सिंह टौड़ा नू संगत वालों भेट कीतियां चांदी दियां तश्तरियां, सोने ते मैडल भी इस अजायब घर दे विच मौजूद हैं। इत्थे कुछ अजिहियां निशानियां भी हैं जिदा संबंध श्री दरबार साहब नाल है। महाराजा रणजीत सिंह दे समय दियां चांदी दियां चोबां मौजूद हैं, जिन्हां नाल दर्शनी ड्योढ़ी तो हरिमंदर साहब तक चाननी लगा के छां कीती जांदी सी। शहीद भाई फौजा सिंह जी दी सिंगनी बीबी अमरजीत कौर नूं प्रदान कीता सोने दा तगमा, धमधान साहिब तों लिआंदी गई छुत्र जंबूर तोप अते तोड़ेदार बंदूक भी इत्थे प्रदर्शित कीतियां गईआं हन। गुरद्वारा श्री मोती बाग साहिब पटियाला तों सिखां दे कुछ पुरातन शस्त्र कटार, खुखरी, तीर, किरच, खंजर, संजोह भी इत्थे सुशोभित हन। इत्थे चांदी अते तांबे दे पुरातन सिक्के भी मौजूद हन। खालसाई राज विच चलदे नानकशाही सिक्के भी इत्थे मौजूद हन, जिन्हां उत्ते देगो तेगो फतेह, नुसरत बेदरंग, याफत अस नानक, गुरु गोबिंद सिंह लिखिया होया है। इत्थे वेख लो जी, अपने कोल इस टाइम जिहड़ी सुशोभित ने तस्वीरां ने, अपने कोल 800 दे करीब जिहड़ियां लगियां होईयां तस्वीरां ने, जिस विच हाल दे हिसाब नाल आपां अलग अलग वंड कीती होई है, तरतीबवार तस्वीरां लगियां होईयां ने। केंद्री सिख अजायब घर दे विच सिखां उत्ते हुण भी मौजूद अल्ले जख्मां नूं बयान करदियां भी कुछ निशानियां मौजूद ने। June 1984 ਘੱਲੂਘਾਰੇ ਵਿੱਚ ਭਾਰਤੀ ਫੌਜ ਵੱਲੋਂ ਟੈਂਕਾਂ ਜ਼ਰੀਏ ਚਲਾਏ ਗਏ ਬੰਬਾਂ ਦੇ ਖੋਲ ਅਤੇ ਚੱਲੇ ਹੋਏ ਕਾਰਤੂਸਾਂ ਦਾ ਸਿੱਕਾ ਵੀ ਇੱਥੇ ਮੌਜੂਦ ਹੈ। 1984 ਤੋਂ ਪਹਿਲਾਂ ਵੀ 4 July 1955 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਂਦਾ। ਇਸ ਹਮਲੇ ਵਿੱਚ ਪੁਲਿਸ ਵੱਲੋਂ ਵਰਤੇ ਗਏ ਹੰਝੂ ਗੈਸ ਦੇ ਗੋਲਿਆਂ ਦੇ ਖੋਲ ਆਜ਼ਾਦ ਭਾਰਤ ਵਿੱਚ ਸਰਕਾਰਾਂ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਮੰਸ਼ਾ ਨੂੰ ਬਿਆਨ ਕਰਦੇ ਹਨ। ਇਸ ਦੇ ਨਾਲ ਹੀ 18ਵੀਂ ਅਤੇ 20ਵੀਂ ਸਦੀ ਦੀਆਂ ਤੋਪਾਂ, ਟੈਂਕਾਂ ਰਾਹੀਂ ਚੱਲੇ ਬੰਬਾਂ ਦੇ ਖਾਲੀ ਖੋਲ ਵੀ ਇੱਥੇ ਮੌਜੂਦ ਹਨ। ਗੁਰੂ ਘਰ ਦੇ ਕੀਰਤਨੀਆਂ ਦੀ ਗੱਲ ਕਰੀਏ ਤਾਂ ਇੱਥੇ ਉਹਨਾਂ ਦੇ ਸਾਜ਼ ਵੀ ਮੌਜੂਦ ਨੇ। ਸ੍ਰੀ ਡੇਰਾ ਸਾਹਿਬ ਲਾਹੌਰ ਦੇ ਹਜ਼ੂਰੀ ਰਾਗੀ ਭਾਈ ਜਵਾਲਾ ਸਿੰਘ ਜੀ ਦਾ ਵਾਜਾ ਇੱਥੇ ਮੌਜੂਦ ਹੈ। 70 ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਬਾਬਾ ਸ਼ਾਮ ਸਿੰਘ ਜੀ ਦਾ ਸਰੰਦਾ ਇੱਥੇ ਸੁਸ਼ੋਭਿਤ ਹੈ। ਭਾਈ ਸਮੁੰਦ ਸਿੰਘ ਜੀ ਦੇ ਵਾਜੇ ਤੋਂ ਇਲਾਵਾ ਪੁਰਾਤਨ ਵੀਨਾ ਅਤੇ ਤਬਲਾ ਵੀ ਇੱਥੇ ਰੱਖੇ ਹੋਏ ਹਨ। ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲਾ ਦਿਵਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ ਡਾਕ ਟਿਕਟਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਵੀ ਇੱਥੇ ਰੱਖੇ ਹੋਏ ਹਨ। ਇੱਕ ਤਾਂਬੇ ਦਾ ਪੱਤਰ ਹੈ ਜੋ ਲਾਹੌਰ ਦੇ ਗਵਰਨਰ ਵੱਲੋਂ 24 March 1847 ਨੂੰ ਜਾਰੀ ਕੀਤਾ ਗਿਆ ਸੀ। ਗੁਰਦੁਆਰਾ ਸ੍ਰੀ ਅਟਲ ਰਾਏ ਸਾਹਿਬ ਦੀਆਂ ਉੱਪਰਲੀਆਂ ਮੰਜ਼ਲਾਂ ਉੱਤੇ ਜਨਮ ਸਾਖੀ ਨਾਲ ਸੰਬੰਧਿਤ ਬਣੇ ਚਿੱਤਰਾਂ ਦੇ ਉਤਾਰੇ ਵੀ ਇਸ ਅਜਾਇਬ ਘਰ ਦੇ ਵਿੱਚ ਮੌਜੂਦ ਹਨ। June 1984 ਅਤੇ 1986 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਸਰਕਾਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦਾ ਅਸਰ ਕੇਂਦਰੀ ਸਿੱਖ ਅਜਾਇਬ ਘਰ ਉੱਤੇ ਵੀ ਪਿਆ। ਕਈ ਅਜਿਹੀਆਂ ਨਿਸ਼ਾਨੀਆਂ ਜੋ ਸਿੱਖਾਂ ਦੀ ਵਿਰਾਸਤ ਨੂੰ ਰੂਪਮਾਨ ਕਰਦੀਆਂ ਸੀ, ਉਹ ਸਾਡੇ ਤੋਂ ਖੋਹ ਲਈਆਂ ਗਈਆਂ। ਅੱਜ ਤੱਕ ਉਹ ਨਿਸ਼ਾਨੀਆਂ ਵਾਪਸ ਨਹੀਂ ਮਿਲੀਆਂ। ਇਸ ਤੋਂ ਇਲਾਵਾ ਕਈ ਅਜਿਹੇ ਚਿੱਤਰਾਂ ਉੱਤੇ ਵੀ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਮੁਰੰਮਤ ਕਰਕੇ ਦਰੁਸਤ ਕੀਤਾ ਗਿਆ। ਉਸ ਦੇ ਬਾਵਜੂਦ ਵੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਕਈ ਅਜਿਹੀਆਂ ਨਿਸ਼ਾਨੀਆਂ ਅਤੇ ਤਸਵੀਰਾਂ ਮੌਜੂਦ ਨੇ ਜੋ ਸਾਨੂੰ ਆਪਣੇ ਇਤਿਹਾਸ ਨਾਲ ਵਾਵਾਸਤਾ ਕਰਾਉਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।